ਫਗਵਾੜਾ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨਾਲ ਦਿਨ ਰਾਤ ਇੱਕ ਕੀਤੀ ਹੋਈ ਹੈ ਜੋ ਰੋਜ਼ਾਨਾ ਸਵੇਰ ਨੂੰ ਪਿੰਡਾਂ ਵਿੱਚ ਅਤੇ ਸ਼ਾਮ ਨੂੰ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਵੀ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ 'ਤੇ ਜਾਣੂ ਕਰਵਾ ਰਹੇ ਹਨ ਅਤੇ ਧਾਲੀਵਾਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ ਅੱਜ ਕਾਂਗਰਸ ਵੱਲੋਂ ਫਗਵਾੜਾ ਦੇ ਵਾਰਡ ਨੰਬਰ 9 ਅਤੇ 33 ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਇਸ ਮੌਕੇ ਗੁਰੂ ਤੇਗ ਬਹਾਦਰ ਨਗਰ ਦੇ ਲੋਕਾਂ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹ ਧਾਲੀਵਾਲ ਨੂੰ ਵੋਟਾਂ ਪਾ ਕੇ ਜਿਤਾਉਣਗੇ ਅਤੇ ਵਾਰਡ ਦਾ ਵਿਕਾਸ ਵੀ ਧਾਲੀਵਾਲ ਤੋਂ ਹੀ ਕਰਾਉਣਗੇ ਗੁਰੂ ਤੇਗ ਬਹਾਦਰ ਨਗਰ 33 ਦਾ ਚੌਕੀ ਵਾਰਡ ਅਸੀਂ ਧਾਲੀਵਾਲ ਨੂੰ ਸੱਦ ਰਹੇ ਹਾਂ ਵੱਧ ਤੋਂ ਵੱਧ ਵੋਟਾਂ ਅਸੀਂ ਪਾਉਣੀਆਂ ਆ ਉਹਨਾਂ ਤੋਂ ਅਸੀਂ ਆਪਣੇ ਵਿਕਾਸ ਵੀ ਕਰਾਉਣੇ ਆ ਸਾਡੇ ਮੁਹੱਲੇ ਦੇ ਵਿੱਚ ਬਰਸਾਤਾਂ 'ਚ 2 ਮਹੀਨੇ ਪਾਣੀ ਬਹੁਤ ਖੜਦਾ ਹੈ ਅਸੀਂ ਬਹੁਤ ਪਰੇਸ਼ਾਨ ਹੁੰਦੇ ਅਸੀਂ ਉਹਨਾਂ ਬਾਰੇ ਇਹ ਵੀ ਬੇਨਤੀ ਕਰ ਲਈ ਵੀ ਸਾਡਾ ਇਹ ਕਰੋ ਲਾਈਟਾਂ ਅੱਜ ਸਾਡੀਆਂ ਜਗ੍ਹਾ ਕਿੰਨੇ ਦਿਨਾਂ ਬਾਅਦ ਕੂੜਾ ਕਰਕਟ ਦਾ ਵੀ ਸਾਰਾ ਦੇਖਣਾ ਆ ਮੱਛਰ ਇੱਥੇ ਬਹੁਤ ਆ ਬਹੁਤ ਸਾਡੇ ਮੁਹੱਲੇ ਦਾ ਬੁਰਾ ਹਾਲ ਵਾ ਅਤੇ ਅਸੀਂ ਇਹਨਾਂ ਨੂੰ ਸਾਰੀਆਂ ਬੇਨਤੀਆਂ ਕਰਨੀਆਂ ਆ ਅਤੇ ਅਸੀਂ ਇਹਨਾਂ ਨੂੰ ਜਿਤਾਉਣਾ ਆ ਵੱਧ ਤੋਂ ਵੱਧ ਵੋਟਾਂ ਪਵਾ ਕੇ ਅਸੀਂ ਇਹਨਾਂ ਨੂੰ ਜਿਤਾਉਣਾ ਆ ਅਤੇ ਤਾਂ ਕਿ ਸਾਡੇ ਸਾਰੇ ਕੰਮ ਹੋ ਜਾਣ ਪੜ੍ਹੇ ਲਿਖੇ ਆ ਧਾਲੀਵਾਲ ਸਾਡੀ ਜ਼ਰੂਰ ਸੁਣਨਗੇ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਨੇ ਦੱਸਿਆ ਕਿ ਵਾਰਡ ਨੰਬਰ 9 ਦੀ ਮੀਟਿੰਗ ਵਿੱਚ ਭਰਮਾ ਹੁੰਗਾਰਾ ਮਿਲਿਆ ਹੈ ਅਤੇ ਲੋਕ ਵੱਡੀ ਬਹੁਮਤ ਨਾਲ ਧਾਲੀਵਾਲ ਨੂੰ ਜਿਤਾਉਣਗੇ ਵਾਰਡ ਨੰਬਰ 9 ਵਿੱਚ ਬੇਦੀਆਂ ਮੱਲਾ ਮਿਲੀ ਵਿਖੇ ਇੱਕ ਭਰਮਾ ਹੁੰਗਾਰਾ ਜਿਹੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ ਜਿਨ੍ਹਾਂ ਦਾ ਅੱਜ ਜਿਹੜੀ ਮੀਟਿੰਗ ਆ ਸਾਬੀ ਜੀ ਨੇ ਰੱਖੀ ਸੀ ਐਮ ਸੀ ਸਾਹਿਬ ਜਿਹੜੇ ਸਾਡੇ ਇਸ ਏਰੀਏ ਤੋਂ ਇਲੈਕਸ਼ਨ ਲੜੇ ਸੀ ਸਾਰੇ ਮਤਲਬ ਇਸ ਮੀਟਿੰਗ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਮਾਤਾਵਾਂ ਭੈਣਾਂ ਔਰ ਸਾਡੇ ਨੌਜਵਾਨ ਵੀਰ ਆਏ ਆ ਔਰ ਮੈਂ ਸਮਝਦਾ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ ਜਿੱਦਾਂ ਦਾ ਲੋਕਾਂ ਵੱਲੋਂ ਹੁੰਗਾਰਾ ਮਿਲ ਰਿਹਾ ਮੈਂ ਸਮਝਦਾ ਕਾਫੀ ਬਹੁਮਤ ਨਾਲ ਫਗਵਾੜੇ ਦੇ ਵਿੱਚ ਜਿੱਤ ਹਾਸਲ ਕਰਕੇ ਵਿਧਾਨ ਸਭਾ ਵਿੱਚ ਜਾਣਗੇ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਦਾ ਅਤੇ 21 ਤਰੀਕ ਨੂੰ ਆਪਾਂ ਇੱਕ ਇੱਕ ਜਿਹੜਾ ਕੀਮਤੀ ਵੋਟ ਆ ਚਾਹੇ ਆਪਣਾ ਵੋਟ ਆ ਚਾਹੇ ਸਾਡੇ ਆਂਢ ਗੁਆਂਢ ਸਾਡੇ ਰਿਸ਼ਤੇਦਾਰਾਂ ਦਾ ਉਹ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਦੇ ਹੱਕ 'ਚ ਆਪਾਂ ਪਵਾ ਕੇ ਆਉਣਾ ਔਰ ਆਲੇ ਦੁਆਲੇ ਆਂਢ ਗੁਆਂਢ ਨੂੰ ਲੈ ਕੇ ਵੀ ਜਾਣਾ ਔਰ 5 ਦੇ ਨਿਸ਼ਾਨ 'ਤੇ ਮੋਹਰ ਲਾ ਕੇ ਆਪਾਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਫਗਵਾੜਾ ਤੋਂ ਮਨੂ ਚਾਵਲਾ ਦੀ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।